زندہ مثال اس فارمنگ دی میں بیٹھا ਤੁਹਾਡੇ ਸਾਹਮਣੇ پنجاں گاؤںਾਂ ਤੋਂ شروع ਕੀਤਾ ਸਾਰੇ ਜ਼ਿੰਦਗੀ ਦੇ ਮਾਮਲੇ ਸਾਰੇ ਬੱਚੇ ਸਕੂਲਾਂ ਚੋਂ ਪੜ ਰਹੇ ਆ ਸਾਰੇ ਖਰਚੇ ਕੱਢ ਕੇ ਅਲ ਹਮਦੁਲillah 45 ਤੋਂ 50 ਜਾਨਵਰ ਇਸ ਤਰ੍ਹਾਂ ਮੇਰੇ ਕੋਲ ਮੌਜੂਦ ਖੜੇ ਆ ਸਾਰੇ ਖਰਚੇ ਵੀ ਕਰ ਰਹੇ ਆ ਇਹਨਾਂ ਦੇ ਵਿੱਚੋਂ ਹੀ ਸਾਰਾ ਕੁਝ ਕਰ ਰਹੇ ਕੋਈ ਦੁਨੀਆ ਦਾ ਹੋਰ ਕੰਮ ਨਹੀਂ ਕਰ ਰਹੇ ਇਹ ਜਿਹੜਾ ਤੁਸੀਂ ਮਹੀਨੇ ਦੇ ਮਹੀਨੇ آمدਨ ਲੈ ਰਹੇ ਜੇ ਇਹ ਤਾਂ ਇੱਕ ਵੱਖਰੀ ਗੱਲ ਹੈ ਨਾ ਇਹ ਮੇਰੀ ਗੱਲ ਇੱਥੇ ਕਾਗਜ਼ 'ਤੇ ਲਿਖ ਲਓ ਇਨਸ਼ਾਅੱਲਾ ਅੱਜ ਤੁਸੀਂ 30 ਲੱਖ ਲਾਇਆ ਅੱਜ ਤੁਸੀਂ 60 ਲੱਖ ਲਾਇਆ ਜਿਨੇ 60 ਲਾਇਆ ਉਹਦਾ 2 ਸਾਲਾਂ ਬਾਅਦ ਉਹਦਾ ਅੱਲਾ ਦੇ ਹੁਕਮ ਨਾਲ 1 ਕਰੋੜ ਰੁਪਇਆ ਬਣ ਜਾਏਗਾ ਜਿਨੇ 30 ਲੱਖ ਲਾਇਆ ਉਹਦਾ 2 ਸਾਲਾਂ ਬਾਅਦ ਇਨਸ਼ਾਅੱਲਾ ਉਹ 60 ਲੱਖ ਰੁਪਇਆ ਬਣ ਜਾਏਗਾ 1,80,000 ਰੁਪਏ ਤਾਂ ਆ ਰਹੀ ਤੁਸੀਂ ਲੈ ਰਹੇ ਜੇ ਬੱਚੇ ਜਿਹੜੇ ਵੱਧ ਰਹੇ ਆ ਬਾਕੀ ਜਿਹੜੇ ਮਾਮਲੇ ਆ ਅੱਲਾ ਦੇ ਹੁਕਮ ਨਾਲ ਉਹਦੇ ਵਿੱਚ ਡਬਲ ਤੋਂ ਟ੍ਰਿਪਲ ਸੇਵਿੰਗ ਹੋ ਰਹੀ ਹੈ 10 ਗਾਵਾਂ ਰੱਖ ਕੇ ਕੋ ਬੰਦਾ ਆਪਾਂ ਘੜ ਤੋਂ ਘਟ ਉਸਤ ਲਈ ਆ ਵੀ 1,80,000 ਰੁਪਇਆ 1,80,000 ਰੁਪਏ ਮਹੀਨੇ ਦਾ ਬਚਾ ਰਹੀਆਂ ਬਾਕੀ ਸੇ ਦੋਸਤੋ ਕਿਹੜਾ ਸਰਕਾਰੀ ਮੁਲਾਜ਼ਮ 1.80 ਹਜ਼ਾਰ ਰੁਪਏ ਲੈ ਰਿਹਾ 1.80 ਹਜ਼ਾਰ ਰੁਪਏ ਕਿਹੜਾ ਸਰਕਾਰੀ ਮੁਲਾਜ਼ਮ ਇੱਕ ਮਹੀਨੇ ਦੇ ਵਿੱਚ ਲੈ ਰਿਹਾ ਔਰ ਆਪਣੇ ਘਰ ਬੈ ਕੇ ਲੈ ਰਿਹਾ ਆਪਣੇ بیوی ਬੱਚਿਆਂ ਦੇ ਵਿੱਚ ਰਹਿ ਕੇ ਸਭ ਤੋਂ ਵੱਡੀ ਸਹੂਲਤ ਹੈ ਨੇਚਰ ਦੇ ਅਨੁਮਤਾਬਕ ਹੈ ਕਿ ਬੰਦਾ بیوی ਬੱਚਿਆਂ ਦੇ ਵਿੱਚ ਰਵੇ ਔਰ ਕਾਰੋਬਾਰ ਕਰੇ ਇਸ ਤੋਂ ਅੱਛਾ ਕੰਮ ਕੋਈ ਨਹੀਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਮਾੜੇ ਬੰਦੇ ਨੂੰ ਮੱਝ ਖਾ ਜਾਂਦੀ ਹੈ ਤਗੜਾ ਬੰਦਾ ਮੱਝ ਨੂੰ ਖਾ ਜਾਂਦਾ ਹੁੰਦੀ ਵਜ੍ਹਾ ਇਹ ਹੈ ਕਿ ਮਾੜੇ ਬੰਦੇ ਕੋਲੋਂ ਪੂਰਾ ਆਪਣਿਆ ਨਹੀਂ ਜਾਂਦਾ ਤਗੜਾ ਬੰਦਾ ਜਿਹੜਾ ਪੂਰਾ ਆਪੜ ਪਿੰਦਾ ਉਹਦੇ ਕੋਲੋਂ ਪੂਰਾ ਨਚੋੜ ਲੈਂਦਾ ਉਹਨੂੰ ਜਾਨਵਰ ਨੂੰ ਜੋ ਸਲਾਈਅਤ ਹੁੰਦੀ ਹੈ ਉਹਦੀ ਸਲਾਈਤ ਆ ਸਾਰੀਆਂ ਅਨਖਾਰ ਕੇ ਅੱਗੇ ਲਿਆਉਂਦਾ ਹੈ ਹਰ ਬੰਦਾ یہی ਬਾਜ਼ੀ ਨੇ ਰੱਖੇ ਹੋਏ ਹੈ ਕਿ ਹਰ ਕਾਰੋਬਾਰ ਉਹ ਕਰੂੰ जिसकी हर जगह पे डिमांड हो और जहाँ मैं करूँ मेरे वहीं उसकी डिमांड हो और वहीं सेलिंग हो और मुझे वहाँ से ही उसका रेवेन्यू जनरेट हो डेरी ऐसा कारोबार है कि इसके लिए आपको किसी को बताने की ज़रूरत नहीं भी फलां गांव फलां शहर फलां देहात या फलां मुल्क या किसी सूबे का काम है डिमांड है ज़रूरत है नीड है और जिस चीज़ की नीड और ज़रूरत होती है वो काम सदाबहार होता है मेरे साथ एक्सपर्ट फार्मर मौजूद है इनसे जानते हैं कि डेयरी का कारोबार और बहुत सारे लोग ਪੁੱਛਦੇ ਆ ਕਿ ਯਾਰ ਛੋਟੇ ਲੈਵਲ ਤੇ 10 12 ਗਾਈਆਂ ਰੱਖ ਕੇ ਕਾਰੋਬਾਰ ਕਰਨਾ ਚਾਹੀ ਅਗਰ ਬੰਦਾ ਕੋਈ ਕਰਨਾ ਚਾਹੇ ਤਾਂ ਕੈਸੇ ਕਰ ਸਕਦਾ ਹੈ A to Z ਮਾਲੂਮਾਤ ਅੱਜ ਦੀ ਵੀਡੀਓ ਮੇ ਦੇਵਾਂਗੇ ਕਿ ਆਪ ਕੈਸੇ 10 ਗਾਈਆਂ ਰੱਖ ਕੇ ਕਿੰਨੇ ਵਿੱਚ ਖਰੀਦੇਗੇ ਕਿੰਨੇ ਵਿੱਚ ਤਿਆਰ ਹੋਣਗੀ ਔਰ ਕਿੰਨਾ ਪ੍ਰੋਫਿਟ ਆਪ ਜਨਰੇਟ ਕਰਨਗੇ ਛੋਟਾ ਡੇਰੀ ਫਾਰਮ ਬੜਾ ਹੋਣੇ ਤੱਕ ਕਿਆ ਐਕਸਪੈਂਸ ਹੋਗੀ ਇਹ ਸਾਰੀ ਬਾਤਾਂ ਅੱਜ ਦੀ ਵੀਡੀਓ ਮੇ ਆਪਕੇ ਸਾਹਮਣੇ ਰੱਖਾਂਗੇ ਮੇਰਾ ਨਾਮ ਜ਼ੁਲਫਕਾਰ ਅਲੀ ਹੈ ਲੇਕਿਨ ਬਾਉ ਵਿਰਕ ਦੇ ਨਾਮ ਤੇ ਮੈਨੂੰ ਇੱਥੇ ਜਾਣਦੇ ਸਾਰੇ ਜੀ ਔਰ ਡੇਰੀ ਦੇ ਕੰਮ ਦੇ ਅੰਦਰ ਕਿੰਨਾ ਅਰਸੇ ਦਾ ਆਪਣਾ ਐਕਸਪੀਰੀਅੰਸ ਹੈ ਤਕਰੀਬਨ 6-7 ਸਾਲ ਤੋਂ ਜੀ ਬਹੁ ਕਿੰਨਾ ਤੁਸੀਂ ਕੀ ਸੋਚਦੇ ਜੇ ਕਿ ਡੇਰੀ ਦਾ ਕੰਮ ਕਿਹਦਾ ਕੰਮ ਹੈ ਓਵਰ ਆਲ ਦੇਖਿਆ ਜਾਏ ਤੇ ਕਾਰੋਬਾਰ ਕਿਹਦਾ ਹੈ ਕਾਰੋਬਾਰ ਅਲਹਮਦੁਲਿਲਾ ਅਸਾਂ ਦਾ ਜਿਹੜੇ ਅਸੀਂ ਇਹ ਗੱਲ ਕਹਿੰਨੇ ਆ ਜਿਹੜੇ ਬੰਦੇ ਨੂੰ ਜਿੱਥੋਂ ਰੋਜ਼ੀ ਬਚ ਰਹੀ ਹੈ ਨਾ ਉਸ ਕੰਮ ਨੂੰ ਕਦੇ ਕੋ ਮਾੜਾ ਨਹੀਂ ਕਹਿ ਸਕਦਾ ਪਹਿਲੀ ਗੱਲ ਤਾਂ ਦੂਸਰੀ ਗੱਲ ਇਹ ਰਿਜ਼ਕ ਹਲਾਲ ਹੈ ਮਾਸ਼ਾ ਅੱਲਾ ਇਹਦੇ ਵਿੱਚ ਬੇਈਮਾਨੀ ਵਾਲਾ ਕੰਮ ਨਹੀਂ ਹੋ ਸਕਦਾ ਹੂੰ ਵੀ ਇਹਦੇ ਵਿੱਚ ਕੀ ਬੇਈਮਾਨੀ ਕਿਸੇ ਨੇ ਕਰ ਲੈਣੀ ਜਿੰਨਾ ਜਨਮ ਨੂੰ ਪਾਉਂਗੇ ਉਹਨਾਂ ਹੀ ਉਹਨੇ ਦੇ ਲੈਣਾ ਹਮਮਤਲਬ ਇਹ ਰਜ਼ਕ ਹਲਾਲ ਆ ਸਭ ਤੋਂ ਵੱਡੀ ਗੱਲ ਏ ਆਪਦੇ ਬੱਚੇ ਨੂੰ ਹਲਾਲ ਖਾਓਗੇ ਤੇ ਬੱਚੇ ਕਾਰੋਬਾਰ ਚੱਲਣ ਦੇ ਵਾਲੇ ਨਾਲ ਲੋਕ ਪਰੇਸ਼ਾਨ ਹੁੰਦੇ ਨੇ ਕਿ ਯਾਰ ਮੈਂ ਫਲਾਣਾ ਕਾਰੋਬਾਰ ਕਰਾਂ ਚੱਲੇਗਾ ਜਾਂ ਨਹੀਂ ਤੇ ਐਦੇ ਕਾਰੋਬਾਰ ਇਹਨੂੰ ਕਿਸ ਤਰ੍ਹਾਂ ਵੇਖਦੇ ਜੀ ਐਸੇ ਕਾਰੋਬਾਰ ਤੁਸੀਂ ਕਦੇ ਇਹ ਸੋਚ ਹੀ ਨਹੀਂ ਸਕਦੇ ਵਿਆਹ ਸਾਲ ਦੁੱਧ ਦੀ ਡਿਮਾਂਡ ਅਗਲੇ ਸਾਲ ਨਹੀਂ ਹੋਣੀ ਇਹ ਤਾਂ ਕਦੇ ਸੋਚ ਸਕਦੇ ਜ਼ਿਆਦਾ ਹੀ ਹੋਊਗੀ ਅਗਲੇ ਸਾਲ ਇਸ ਤੋਂ ਜ਼ਿਆਦਾ ਹੋਣੀ ਹੈ ਹਮਤਲਬ ਆਪਾਂ ਲੰਮੀ ਚੋਡੀ ਦੀ ਸੰਨ 47 ਤੋਂ ਸ਼ੁਰੂ ਹੋ ਜਓ ਉਦੋਂ ਤੋਂ ਲੱਗ ਕੇ ਹੁਣ ਤੱਕ ਹਜੇ ਤੱਕ ਦੁੱਧ ਪੂਰਾ ਨਹੀਂ ਹੋ ਰਿਹਾ ਹੂੰ ਇੱਕ ਨੰਬਰ ਦੁੱਧ ਮਿਲ ਹੀ ਨਹੀਂ ਰਿਹਾ ਮੈਂ ਮਤਲਬ ਇਹ ਆ ਕਿ ਪਾਕਿਸਤਾਨ ਦੀ ਆਬਾਦੀ ਜਿਸ ਤਰ੍ਹਾਂ ਵੱਢਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਇਸ ਇਹ ਉਹ ਐਸੀ ਚੀਜ਼ ਹੈ ਕਿ ਲੋਕਾਂ ਦੇ ਨਾਲ ਇਹਨਾਂ ਦੀ ਡਿਮਾਂਡ ਹੈ ਬਲਕਿ ਸ਼ਹਿਰਾਂ ਚੋਂ ਬੰਦੇ ਸਾਡੇ ਕੋਲ ਆਉਂਦੇ ਆ ਨਾ ਉਹ ਕਹਿੰਦੇ ਸਾਡੀ ਅਸੀਂ ਇਹ ਕਹਿੰਦੇ ਆ ਹੋਵੇ ਦੁੱਧ ਪਾਣੀ ਵਾਲਾ ਹੋਵੇ ਅੱਛਾ ਵੀ ਹੋਵੇ ਦੁੱਧ ਮਸਰੂਹੀ ਨਾ ਹੋਵੇ ਆ ਪਾਊਡਰ ਨਾਲ ਨਾ ਬਣਾਇਆ ਪਾਊਡਰ ਨਾਲ ਨਾ ਬਣਾਇਆ ਹੋਵੇ ਦੁੱਧ ਚਲੋ ਪਾਣੀ ਵਾਲਾ ਹੋਵੇ ਕੋਈ ਖੈਰ ਚਲੋ 2 ਕਿਲੋ ਤੇ 2 ਕਿਲੋ ਪਾਣੀ ਉਹ ਕਿਲੋ ਦੋਤੋ ਅਭੀ ਇਹਦੇ ਅੰਦਰ ਕੋਈ 50 ਫੀਸਦੀ ਖਾਲਸ ਹੈ ਗਾਇਰ ਖਾਲਸ ਹੈ ਗਾਇਰ ਅੱਛਾ ਬਹੁਤ ਸਾਰੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਹੁੰਦੇ ਨੇ ਡੇਰੀ ਦਾ ਛੋਟੇ ਲੈਵਲ ਤੇ ਅਗਰ ਕੋਈ ਬੰਦਾ 10 ਜਾਨਵਰਾਂ ਦੀ 10 ਗਾਵਾਂ ਪਾਲ ਕੇ ਕਾਰੋਬਾਰ ਸਟਾਰਟ ਕਰਨਾ ਚਾਹੇ ਤਾਂ ਉਹਦੇ ਅੰਦਰ ਦੱਸੋ 10 ਗਾਵਾਂ ਦਾ ਕਿੰਨਾ ਖਰਚਾ ਆਏਗਾ ਔਰ 10 ਗਾਵਾਂ ਸਾਲਾਨਾ ਕਿੰਨਾ ਸਾਇਲਜ ਤੂੜੀ ਵੰਡਾ ਇਹ ਕਿੰਨਾ ਉਹਨਾਂ ਦਾ ਖਰਚਾ ਹੋਏਗਾ ਟੋਟਲ ਦੱਸ ਦੋ ਤਾਕਿ ਮੇਰੇ ਵੇਖਣ ਵਾਲਿਆਂ ਨੂੰ ਪੈਸਿਆਂ ਦਾ ਵੀ ਪਤਾ ਚੱਲ ਜਾਵੇ ਇਸ ਬਿਜ਼ਨਸ ਦੇ ਵਾਲੇ ਨਾਲ ਵੀ ਅੱਗਾ ਹੀ ਮਿਲ ਜਾਏ ਅਸੀਂ ਹਾਫਤ ਸਾਹਿਬ ਅਲhamdulillah ਮਾਸ਼ਾਅੱਲਾ ਤੁਸੀਂ ਵੀ ਹਾਫਤ ਸਾਹਿਬ ਜੀ ਅਸੀਂ ਸੁਣਤਰ ਸੂਰ ਰੱਖੀਏ ਵੀ ਅਸੀਂ ਚਾਹ ਨੇ ਆ ਵੀ مشورہ ਉਹ ਦਿੱਤਾ ਜਾਵੇ ਜਿਹੜਾ ਅਮਰ ਜੀ ਆਪਾਂ ਕਿਹੜੇ ਪੈਸੇ ਲੈਣੇ ਆ ਬਿਲਕੁਲ مشورہ ਦੇਣਾ ਮਾਨਤਰ ਹੁੰਦਾ مشورہ ਮਾਨਤਰ ਹੁੰਦਾ مشورہ ਦੇਣਾ ਚਾਹੀਦਾ ਭਾਈ ਨੂੰ ਉਹ ਜਿਹੜਾ ਮ ਜਿਹਦੇ ਵਿੱਚ ਅਗਲੇ ਦਾ ਫਾਇਦਾ ਹੋਵੇ ਤਰ੍ਹਾਂ ਦੋਮਾ ਦੇਵੇ ਲਾਲਚ ਸਾਡਾ ਕੋਈ ਨਹੀਂ ਦੇਣ ਦੇ ਅੰਦਰ ਜਸਟ ਇਨਫੋਰਮੇਸ਼ਨ ਆ ਕਿ 10 گاਵਾ ਕਿੰਨੇ ਦੀਆਂ ਹੋਣ ਦੀਆਂ ਔਰ ਅਗਰ ਕੋਈ ਡੇਰੀ ਪਰਪਸ ਵਾਸਤੇ ਲਵੇ ਤੇ ਕਿਸ ਤਰ੍ਹਾਂ ਦੀਆਂ ਕਿੰਨੀ ਅਮਾਉਂਟ ਤੱਕ ਦੀ ਗਾਂ ਖਰੀਦਣੀ ਚਾਹੀਦੀ ਆ ਮੇਰਾ مشورہ ਇਹ ਆ ਕਿ ਜਿਹੜਾ ਬੰਦਾ ਨਾਰਮਲ ਕੰਮ ਕਰਨਾ ਚਾਹੁੰਦਾ ਵੀ ਥੋੜੇ ਪੈਸੇ ਨਾਲ ਕੰਮ ਕਰਨਾ ਚਾਹੁੰਦਾ ਉਹਦੇ ਵਾਸਤੇ ਮੈਂ مشورہ ਇਹ ਦਰਮਿਆਨੇ ਸਾਈਜ਼ ਦੇ گاਵਾ ਲਵੇ ਜਿਵੇਂ ਕਿ ਆਹ گاਵਾ ਆਪਣੇ ਕੋ ਖੜੀਆਂ ਹੂੰ ਹੂੰ ਮਤਲਬ ਦਰਮਿਆਨੇ ਇਹਨੂੰ ਕ੍ਰਾਸ گاਵਾ ਕਹਿੰਦੇ ਪਾਕਿਸਤਾਨੀ ਕ੍ਰਾਸ گاਵਾ ਹੂੰ ਇਹ ਜਿਹੜੇ ਪਾਕਿਸਤਾਨੀ ਕਰਾਸ ਗਾਵਾਂ ਹਨ तकरीबन ਇਹ ਦੁੱਧ 20 ਕਿਲੋ ਦੀ ਐਵਰੇਜ ਦੇ ਸਕਦੀਆਂ ਹਨ ਲੇਕਿਨ ਆਪਾਂ 20 ਕਿਲੋ ਦੀ ਐਵਰੇਜ ਵੀ ਨਾ ਲਈਏ 15 ਕਿਲੋ ਦੀ ਐਵਰੇਜ ਤੇ ਲੈ ਲਈਏ 15 ਦੀ ਵੀ ਨਾ ਲਈਏ ਕਿਉਂਕਿ ਕੁਝ ਟਾਈਮ ਐਸਾ ਆਂਦਾ ਕੁਝ ਜਾਨਵਰ 2 3 4 ਜਾਨਵਰ ਦੁੱਧ ਛੱਡ ਜਾਂਦੇ ਆ ਆਮ ਲੇਕਿਨ ਦੋ ਗੱਬਣਾ ਨੇ ਸੂਣ ਵਾਲੀਆਂ ਨੇ ਉਹਨਾਂ ਦੁੱਧ ਕੋਈ 2 ਮਹੀਨੇ 3 ਮਹੀਨੇ ਪੀਰੀਅਡ ਡਰਾਈ ਆ ਗਿਆ ਕੁਝ ਬੱਚਿਆਂ ਨੂੰ ਦੁੱਧ ਪਿਲਾਤਾ ਇਹ ਸਾਰੇ ਐਵਰੇਜ ਕੱਢ ਕੇ ਨਾ ਜੀ 12 ਕਿਲੋ ਦੀ ਇੱਕ ਦਿਨ ਦੀ ਇੱਕ ਗਾਂ ਦੀ ਐਵਰੇਜ ਲਈਏ ਨਾ ਜੀ ਹੂੰ ਇੱਕ ਦਿਨ ਦੇ ਵਿੱਚ ਇੱਕ ਗਾਂ 12 ਕਿਲੋ ਦੀ ਐਵਰੇਜ ਇਹ ਤਾਂ ਘੱਟ ਤੋਂ ਘੱਟ ਜਿਹੜਾ ਬੰਦਾ ਫਾਰਮਿੰਗ ਕਰਦਾ ਹੈ ਹਾਂ ਬਿਲਕੁਲ ਇਸ ਤੋਂ ਥੱਲੇ ਤਾਂ ਐਵਰੇਜ ਦੇਸੀ ਗਾਂ ਉਹ ਨਹੀਂ ਦਿੰਦੀ ਬਿਲਕੁਲ ਮਤਲਬ ਇਹ ਆਪਾਂ ਕਿਹੜਾ ਬੱਕਰੀਆਂ ਦਾ ਕੰਮ ਕਰਦੇ ਪਏ ਗਾਵਾਂ ਦਾ ਕਰਦੇ ਪਏ ਹਾਂ ਅਲਹਮਦੁਲਿਲਾ 12 ਕਿਲੋ ਤੋਂ ਥੱਲੇ ਐਵਰੇਜ ਹੋ ਹੀ ਨਹੀਂ ਸਕਦੀ ਅੱਲਾਹ ਦੇ ਹੁਕਮ ਨਾਲ ਇਨਸ਼ਾਅੱਲਾ ਤਾਂ ਦਰੂਸਤ ਹੀ ਚੱਲਦਾ ਫਿਰ 12 ਕਿਲੋ ਦੀ ਐਵਰੇਜ ਕੱਢ ਕੇ ਤੁਸੀਂ ਇੱਕ ਦਿਨ ਦਾ ਖਰਚਾ ਕਾਊਂਟ ਕਰੀਏ ਨਾ ਜੀ ਸੈਲਜ ਮੇਰਾ مشورہ ਹੈ ਜਿਹੜਾ ਬੰਦਾ ਮੇਰਾ ਵੀਰ ਭਰਾ ਕੰਮ ਕਰਨਾ ਚਾਹੁੰਦਾ ਹੈ ਉਹ 10 ਗਾਵਾਂ ਰੱਖਨੇ ਚਾਹੁੰਦਾ 10 ਗਾਵਾਂ ਦਾ ਸੈਲਜ ਇੱਕ ਸਾਲ ਦਾ ਸਟਾਕ ਕਰੇ। ਔਰ ਇਹ مشورے ਦੀ ਸਭ ਤੋਂ ਪਹਿਲੀ ਚੀਜ਼ ਆ। ਹਾਂ ਸਭ ਤੋਂ ਪਹਿਲੀ ਚੀਜ਼ ਇਹ ਆ। ਜੀ। ਇੱਕ ਸਾਲ ਦੀ ਖੁਰਾਕ ਉਹਨਾਂ ਦੀ ਸਟਾਕ ਕਰੇ ਸੈਲਜ ਇੱਕ ਐਸੀ ਸ਼ੈਅ ਹੈ ਕਿ 10 ਸਾਲ ਵੀ ਖਰਾਬ ਨਹੀਂ ਹੁੰਦਾ। ਮਤਲਬ ਕਿ 10 ਗਾਵਾਂ ਦਾ ਅਗਰ ਤੁਸੀਂ ਸੋਚਦੇ ਪਏ ਦੇ ਨਾ ਤੇ ਕੱਲ ਨੂੰ ਅਗਰ ਤੁਹਾਡਾ ਇਰਾਦਾ ਹੈ ਕੰਮ ਸ਼ੁਰੂ ਕਰਨ ਦਾ ਤੇ ਕੱਲ ਨੂੰ ਸਭ ਤੋਂ ਪਹਿਲਾ ਕੰਮ ਜਿਹੜਾ ਉਹ ਸਾਇਲੇਜ ਦੀ ਤਿਆਰੀ ਹੈ ਸਾਇਲੇਜ ਲੈਣਾ ਹਾਂਜੀ ਹਾਂਜੀ ਪਹਿਲੋ ਸਾਇਲੇਜ ਬਣਾਉਣਾ ਹੈ ਫਿਰ ਜਗ੍ਹਾ ਬਣਾਉਣੀ ਹੈ ਫਿਰ ਕੰਮ ਲੈ ਕੇ ਆਉਣੀ ਹੈ ਅੱਛਾ ਜਗ੍ਹਾ ਦਾ ਤੇ ਹੋ ਗਿਆ ਨਾ ਇੰਤਜ਼ਾਮ ਕਿ ਇੱਕ 10 گاਵਾਂ ਵਾਸਤੇ ਤਕਰੀਬਨ 10 15 ਮਰਲੇ ਦਾ ਹਾਤਾ ਜਿਹੜਾ ਹੈ ਉਹ ਹਾਫ ਤੇ ਅਗਰ ਸ਼ੈੱਡ ਬਣਾਇਆ ਹੈ ਹਾਫ ਓਪਨ ਹੈ ਤੇ ਉਹਦਾ ਚੱਲ ਜਾਏਗਾ ਕੰਮ ਉਹ ਚੱਲ ਜਾਏਗਾ ਔਰ ਸਾਇਲੇਜ 10 گاਵਾਂ ਵਾਸਤੇ ਸਾਲ ਦਾ ਸਾਇਲੇਜ ਕਿੰਨੇ ਏਕੜ ਦਾ ਤਿਆਰ ਕਰਨਾ ਪੈਗਾ 10 گاਵਾਂ ਵਾਸਤੇ ਇੱਕ گاਾਂ ਦੋ گاਵਾਂ ਜਿਹੜੀਆਂ ਦ ਮਤਲਬ ਦੋ گاਵਾں ਤਕਰੀਬਨ ਇੱਕ ਸਾਲ ਦੇ ਵਿੱਚ ਇੱਕ ਏਕੜ ਦਾ ਜਿਹੜਾ ਸਾਈਲੇਜ ਆ ਦੋ گاਵਾں ਤੋਂ ਵੱਜੇਗਾ ਵੱਧੁੰਦਾ ਠੀਕ ਹੈ ਤਕਰੀਬਨ ਪੰਜ گاਵਾ ਜਿਹੜੀਆਂ ਪੰਜ گاਵਾ ਜਿਹੜੀਆਂ ਉਹ 4 ਏਕੜ ਦਾ ਸਾਈਲੇਜ ਖਾਣ ਗਿਆ ਨਹੀਂ ਨਹੀਂ ਸੌਰੀ ਉੱਤੇ ਵੇਖੋ ਸਬਕ ਵੇਖੋ ਜਿਹੜਾ ਨਾ ਜੀ ਸਾਈਲੇਜ ਮਤਲਬ 10 گاਵਾਾਂ ਵਾਸਤੇ ਤਕਰੀਬਨ 4 ਏਕੜ ਦਾ ਸਾਲ ਦਾ ਸਾਲ ਦਾ ਸਾਲ ਫਾਰਮਿੰਗ ਸ਼ੁਰੂ ਕਰਨ ਤੋਂ ਪਹਿਲੇ ਸਾਲ ਦਾ ਸਾਲੇ ਜੋੜੇ ਸਾਲ ਕੋਈ ਟੈਨਸ਼ਨ ਨਹੀਂ ਯਾਰ 1 ਏਕੜ ਮਕਈ ਦੇ ਖਰੀਦੇ ਕਿ ਤੂੰ ਆਪਣੀ ਜਿੱਥੇ ਕਾਸ਼ਤ ਕੀਤੀ ਹੈ ਫਿਰ ਬੜੀ ਗੱਲ ਹੈ ਉਹ ਸਸਤਾ ਪਵੇਗਾ ਹੋਰ ਇਸ ਤੋਂ ਸਸਤਾ ਪੈ ਜਾਏਗਾ ਬਿਲਕੁਲ ਅਗਰ ਆਪਣੀ ਨਹੀਂ ਕਾਸ਼ਤ ਕੀਤੀ ਉਹ ਖਰੀਦ ਲਵੇ ਕੱਲੀ ਮੱਕੀ ਖਰੀਦ ਲਵੇ ਕੱਲੀ ਮੱਕੀ ਖਰੀਦ ਲਵੇ ਆ ਇਹ ਨਾ ਹੋਵੇ ਕਿ ਮਕਈ ਵਾਸਤੇ ਪੈੜੀ ਠੇਕੇ ਤੇ ਲਵੇ ਉਹ ਤੇ ਬੜਾ ਇੱਕ ਲੰਬਾ ਚੋੜਾ ਤੰਜਾ ਲੰਬਾ ਚੋੜਾ ਪ੍ਰੋਸੀਜਰ ਹੈ ਮਕਈ ਮਤਲਬ ਜ਼ਮੀਨਦਾਰਾਂ ਨੂੰ ਸੇਲ ਕਰਨੀ ਹੁੰਦੀ ਹੈ ਨਾ ਜ਼ਮੀਨਦਾਰ ਨੂੰ ਵੀ ਅਗਰ ਮੱਕੀ ਤਿਆਰ ਹੋ ਕੇ ਹੁੰਦਾ ਕਿਲਾ ਸੇਲ ਹੁੰਦਾ ਨਾ 1.5 ਲੱਖ ਰੁਪਏ ਦਾ ਉਹ ਜਦੋਂ ਆਪਣਾ ਸੈਲੀ ਦੇ ਵਾਟਰ ਚ ਹੁੰਦਾ ਹੈ ਉਦੋਂ ਉਹ ਉਹੋ ਹੀ ਏਕੜ ਜਿਹੜਾ ਤੂੰ 1.10 ਲੱਖ ਚ ਦੇਣ ਚ ਫਾਇਦਾ ਉਹਨੂੰ 20 ਦੇ 1.10 20 ਦੇ ਰੌਂਡ 20 ਦੇ ਮਤਲਬ ਜੇ ਰੋ ਚੰਗਾ ਰੇਟ ਹੋਵੇ ਜਦੋਂ ਸਲੋ ਰੋਡ ਇਸ ਦਫਾ ਰੇਟ ਬਹੁਤ ਕਮ ਰਿਹਾ ਹੈ ਇਸ ਦਫਾ 60-60 ਹਜ਼ਾਰ ਰੁਪਏ ਦਾ 70-70 ਹਜ਼ਾਰ ਰੁਪਏ ਦਾ ਸਾਨੂੰ ਏਕੜ ਮਿਲਿਆ ਇੱਥੇ ਅਸੀਂ ਸੈਲਜ ਤਿਆਰ ਕੀਤਾ ਨਾ ਸਾਨੂੰ ਇਹ ਲੱਗਦਾ 4 ਏਕੜ ਦਾ ਸਾਲਾ ਚੰਗੀ ਮੱਕੀ ਖਰੀਦ ਕੇ 4 ਏਕੜ ਦਾ ਸਾਲਾ ਤੁਸੀਂ ਦੇਖ ਲੱਖ ਦਾ ਹਿਸਾਬ ਮਸ਼ੀਨ ਦਾ ਖਰਚਾ ਪਾ ਕੇ 1 ਏਕੜ ਦਾ 1.5 ਲੱਖ ਲਾ ਲਉਣਾ ਜੀ ਹੂੰ ਤੇ 4 ਏਕੜ ਦਾ ਖਰਚਾ 6 ਲੱਖ ਰੁਪਏ ਆ ਗਿਆ ਸਹੀ 6 ਲੱਖ ਦਾ ਸਾਲਾ ਜਦ ਸਾਲ ਦਾ ਬਣ ਗਿਆ ਸਾਲ ਦਾ ਖਰਚਾ 10 گاਵਾਂ ਦਾ 10 گاਵਾਂ ਵਾਸਤੇ ਹੁਣ ਇਸ ਤੋਂ ਇਲਾਵਾ 6 ਏਕੜ ਦਾ ਸਾਲਾ ਤਿਆਰ ਕਰ ਲਿਆ ਹੈ گاਵਾਂ ਅਗਰ ਡੇਰੀ ਵਾਸਤੇ ਦੁੱਧ ਵਾਸਤੇ ਕਾਰੋਬਾਰ ਕਰਨਾ ਹੈ ਤੇ گاਾਂ ਬਿਲਕੁਲ ਤਿਆਰ ਜਿਹੜੀ ਆ ਇਸ ਦਰਮਿਆਨੇ ਲੈਵਲ ਦੀ ਕਿੰਨੇ ਦੀ ਐਵਰੇਜ ਦੇ ਅੰਦਰ ਖਰੀਦ ਹੋਏਗੀ ਜਿਹੜਾ ਇਹ ਲੈਵਲ ਹਨ ਜੀ ਇਹ ਤਾਂ ਗਾ तकरीबन 3.5 ਲੱਖ ਦੀ 3.40 ਦੀ 3.60 ਦੀ 70 ਦੀ ਇੰਜ ਮਿਲਦੀਆਂ ਇਹ ਜਿਹੜਾ ਸਾਇਦ ਸਾਡੇ ਕੋਲ ਤਾਂ ਸਹੀ ਹੈ ਲੇਕਿਨ ਇਸ ਤੋਂ ਥੋੜੀ ਜਿਹੀ ਬਿਹਤਰੀ ਲਈਏ ਮਤਲਬ ਅੱਛੀ ਤਿਆਰ ਸੈਲਿੰਜ ਦੇ ਤਿਆਰ ਹੋਈਆਂ ਚੰਗੇ ਸਮਝ ਹੋਈਆਂ ਗਾਵਾ ਲਈਏ ਉਹ ਆਪਣਾ 4 ਲੱਖ ਦੇ ਵਿੱਚ ਮਿਲ ਜਾਂਦੇ ਮੈਂ ਕਿਹਾ 4 ਲੱਖ ਦੀ ਰੇਂਜ ਦੇ ਅੰਦਰ ਇੱਕ ਬੰਦੇ ਨੇ 10 ਗਾਵਾ ਜਾਂ ਸਮਝ ਲਓ ਕਿ 3.5 ਲੱਖ ਦੀ ਰੇਂਜ ਦੀਆਂ ਇੱਕ ਬੰਦਾ ਗਾਵਾ ਲੈ ਲੈਂਦਾ 10 ਗਾਵਾ 35 35 ਲੱਖ ਦੀ 3 ਲੱਖ ਦੀਆਂ ਲੈ ਕੇ ਉਹ ਸੈਲਿੰਜ ਆਪ ਸ਼ੁਰੂ ਕਰ ਲਵੇ ਇਨਸ਼ਾ ਅੱਲਾ ਉਹ ਉੱਥੇ ਜਾਂਦੇ ਰਹਿਣਗੇ ਜੀ ਅਲਹਮਦੁਲਿਲਾ ਇਹਦੇ ਅੰਦਰ ਹੁਣ ਰੈਵਨਿਊ ਦੱਸੋ ਕਿ ਜਿਸ ਤਰ੍ਹਾਂ ਅਸੀਂ ਸਿਸਟਮ ਬਣਾਇਆ ਸੀਗਾ ਕਿ ਇੱਕ ਬੰਦਾ ਡੇਲੀ ਦਾ ਉਹ گاਵਾਂ ਦਾ ਦੁੱਧ ਦੀ ਐਵਰੇਜ ਹੈ 12 ਲੀਟਰ ਇੱਕ ਮਹੀਨੇ ਦਾ ਉਹਦਾ ਰੈਵਨਿਊ ਨਾਲ ਕਿਵੇਂ ਹੋਏਗਾ ਮਤਲਬ ਉਹਦਾ ਖਰਚਾ ਕਿਤਨਾ ਹੋਏਗਾ ਇੱਕ ਆਮਦਨ ਕਿੰਨੀ ਹੋਏਗੀ ਦੁੱਧ ਵਗੈਰਾ ਦੀ ਆਮਦਨ ਤੁਸੀਂ ਇੱਕ ਦਿਨ ਦੀ ਕਾਊਂਟ ਕਰ ਲਓ ਨਾ ਜੀ ਇੱਕ ਦਿਨ ਦੀ ਵੀ ਮਤਲਬ 10 گاਵਾਂ ਨਾ ਤੇ ਉਹ ਤਕਰੀਬਨ 12 ਤੋਂ 13000 ਰੁਪਏ ਦਾ ਦੁੱਧ ਦਿੰਦੀਆਂ ਇੱਕ ਦਿਨ ਦਾ ਇੱਕ ਇੱਕ ਦਿਨ ਦਾ ਹਮ ਇੱਕ ਦਿਨ ਦਾ 10 ਗਾਵਾਂ 12 ਤੋਂ 13000 ਰੁਪਏ ਦਾ ਦੁੱਧ ਦਿੰਦੀਆਂ 12 13000 12 12 ਲੀਟਰ ਦੀ ਐਵਰੇਜ ਦੇ ਨਾਲ 12 ਲੀਟਰ ਦੀ ਐਵਰੇਜ ਨਾਲ ਕਿਉਂਕਿ 110 ਰੁਪਏ ਤੇ ਪਿੰਡ ਲੈਵਲ ਦਾ ਰੇਟ ਦੱਸ ਰਿਹਾ ਤੁਹਾਨੂੰ ਹਮ ਹਮ ਪਿੰਡ ਲੈਵਲ ਦਾ ਰੇਟ ਦੱਸ ਰਿਹਾ 110 ਰੁਪਏ ਸ਼ਹਿਰ ਲੈਵਲ ਤੇ ਜਾਓ ਤੇ 100 130 40 ਰੁਪਏ ਅਸੀਂ 30 40 ਰੁਪਏ ਖੁਦ ਖਰੀਦ ਰਹੇ ਹਾਂ ਸ਼ਹਿਰ ਦੇ ਅੰਦਰ ਸ਼ਹਿਰ ਚ ਖਰੀਦ ਰਹੇ ਲੇਕਿਨ ਤੁਹਾਨੂੰ ਮਤਲਬ ਪਿੰਡ ਲੈਵਲ ਦੇ ਬੰਦਿਆਂ ਨੂੰ ਜਿਹੜਾ ਜਟਕੇ ਕੰਮ ਕਰਨਾ ਚਾਹੁੰਦਾ ਪਿਆ ਸਾਦਾ ਤਰੀਕੇ ਨਾਲ ਉਹਦੇ ਵਾਸਤੇ ਦੱਸ ਰਿ 12 ਲੀਟਰ ਦੇ एवरेज ਵੀ ਹੋਵੇ ਤੇ 110 ਰੁਪਏ ਦੇ ਹਿਸਾਬ ਤੇ 13000 ਰੁਪਏ ਦਾ ਦੁੱਧ ਬਣਦਾ 12 13000 ਦਾ ਆਰਾਮ ਨਾਲ ਦੁੱਧ ਬਣਦਾ ਜੀ ਇਹ ਆਪ ਸਾਹਿਬ ਜੇ 10 گاਵਾ ਨਾ ਜੀ ਇੱਕ ਸਾਲ ਦੇ ਵਿੱਚ ਮਤਲਬ ਤੁਸੀਂ ਵੇਖੋ ਇੱਕ ਮਹੀਨੇ ਦਾ ਅਕਾਊਂਟ ਕਰ ਲਓ ਮਤਲਬ 13000 ਰੁਪਏ ਦਾ ਇੱਕ ਦਿਨ ਦਾ ਦੁੱਧ ਦੇ ਰੀਆਂ ਮਹੀਨੇ ਦਾ ਬਣੀਆਂ 390000 ਦਾ 180000 ਰੁਪਏ ਆਪਾਂ ਖਰਚਾ ਕਰ ਲਓ ਵਿੱਚੋਂ 210000 ਬਚ ਗਿਆ ਤਕਰੀਬਨ ਤੁਸੀਂ 10 ਉਤਲਾ ਵੀ ਛੱਡਦੇ ਹੂੰ 1,80,000 ਵੀ ਆਪਾਂ ਖੁੱਲਾ ਕਰਕੇ ਖਰਚਾ ਪਾਇਆ ਜਿਹੜਾ ਬੰਦਾ ਘਰ ਦਾ ਸੈਲੀ ਤਿਆਰ ਕਰਦਾ ਹੈ ਤਕਰੀਬਨ 200 ਰੁਪਏ ਦਾ ਸੈਲੀ ਜੋ ਉਹਨੇ ਇੱਕ ਰੰਗਰ ਦਾ ਪੈਂਦਾ ਹੈ ਮੁਲਾਜ਼ਮ ਦੀ ਤਨਖਾਹ ਆਪਾਂ ਪਾਲੀ ਵਿੱਚ ਹੂੰ ਸਾਰੇ ਖਰਚੇ ਜਮ੍ਹਾਂ ਕਰਕੇ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਇਹ 2,10,000 ਨੂੰ ਛੱਡੋ ਉਤਨਾ 10,000 ਵੀ ਛੱਡ ਦਿਓ ਆਪਾਂ ਨੂੰ 2 ਲੱਖ ਰੁਪਏ ਮਹੀਨੇ ਦਾ ਬਚੇ 1,80,000 ਮਹੀਨੇ ਦਾ ਬਚੇ ਬਿਲਕੁਲ 1,80,000 ਰੁਪਏ ਮਹੀਨਾ ਦਾ ਕਿਹਦੇ ਮੁਲਾਜ਼ਮ ਦੀ ਤਨਖਾਹ ਕਿਹੜੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਜਿਹੜਾ 1.80 ਲੱਖ ਰੁਪਏ ਕਮਾ ਰਿਹਾ ਹੋਵੇ ਲੈ ਲੈ ਕੋਈ ਵੀ ਨਹੀਂ ਬਿਲਕੁਲ ਬਗੈਰ ਰਿਸ਼ਵਤੋਂ ਬਗੈਰ ਕਿਸੇ ਗੱਲ ਤੋਂ ਕੋਈ ਜਾਦੂ ਦੀ ਹੋਊਗਾ ਹਾਂਜੀ ਬਗੈਰ ਕਿਸੇ ਗੱਲ ਤੋਂ ਬਗੈਰ ਕਿਸੇ ਰਿਸ਼ਵਤ ਲੈਣ ਤੋਂ 1.80 ਲੱਖ ਦੀ ਤਨਖਾਹ ਬਹੁਤ ਘੱਟ ਕਿਸੀ ਹੋਵੇਗੀ ਔਰ ਇਨਵੈਸਟਮੈਂਟ ਆ ਪੈ ਇੱਕ ਦਫਾ ਦੀ 35 ਤੋਂ 40 ਲੱਖ ਰੁਪਏ ਨਿਵੇਸ਼ ਇੱਕ ਦਫਾ ਕਰ ਲਈ ਨਾ ਇਹ ਤੁਹਾਨੂੰ ਇਨਕਮ ਰੂਪ ਦੱਸ ਦਿੱਤੀ ਆਪਾਂ ਤੁਹਾਨੂੰ ਮਹੀਨੇ ਦੀ 2 ਲੱਖ ਰੁਪਏ 1.80 ਹਜ਼ਾਰੀ ਕਰ ਲੋ ਇਹ ਚੱਲ ਰਿਹਾ ਨਾਲ ਨਾਲ 1.80 ਹਜ਼ਾਰ ਰੁਪਏ ਤੁਸੀਂ ਮਹੀਨੇ ਦਾ ਕਮਾ ਰਹੇ ਜੇ ਇੱਕ ਸਾਲ ਤੋਂ ਜਿਹੜੇ ਪਿੱਛੇ ਬੱਚੇ ਹੋਣੇ ਆ ਮੈਂ ਇਹ ਡੇਰੀ 3 ਸਾਲਾਂ ਦੇ ਪੀਰੀਅਡ 'ਚ ਅੱਜ ਦੀ ਜੋ ਇਨਵੈਸਟਮੈਂਟ ਆ ਨਾ ਮੇਰੇ ਅੰਦਰ 3 ਸਾਲਾਂ ਦੇ ਅੰਦਰ ਉਹੀ ਇਨਵੈਸਟਮੈਂਟ ਤੁਹਾਡੀ ਡਬਲ ਨਾਲ ਹੋ ਜਾਣੀ ਆ ਹੂੰ ਅੱਜ ਦੀ ਜਿਹੜੀ ਬੱਚੀ ਜੰਮੀ ਹੋਈ ਨਾ ਅੱਜ ਜਿਹੜੇ ਆਪਾਂ ਗਾਵਾਂ ਲਈਆਂ ਇਹਨਾਂ ਜਿਹੜੇ ਅੱਜ ਬੱਚੇ ਆ ਤਿੰਨ ਸਾਲ ਦੇ ਅੰਦਰ ਅੰਦਰ ਉਹ ਬੱਚੀ ਬਛੜੀ ਜਿਹੜੀ ਉਹ ਦੁਬਾਰੇ ਗਾਂ ਬਣ ਜੇ ਮੈਂ ਕਿਹਾ ਅੱਜ ਦਾ 35 ਲੱਖ ਜਿਹੜਾ ਹੈ ਨਾ ਉਹ ਇਨਸ਼ਾਅੱਲਾ ਉਮੀਦ ਕਰਦੇ ਆ ਕਿ ਬੰਦਾ ਦਿਲ ਜਮੀਨ ਨਾਲ ਕਰਦਾ ਰਵੇ ਉਹ ਤਿੰਨ ਸਾਲਾਂ ਬਾਅਦ ਦੁਬਾਰਾ ਉਹ 35 ਲੱਖ ਰੁਪਇਆ ਦੁੱਧ ਦੀ ਸਾੜ ਤੇ ਦੇਖੇਗਾ ਨਾਲ ਡੇਰੀ ਫਾਰਮਿੰਗ ਦਾ ਤੁਸੀਂ ਕਿਸੇ ਵੀ ਸਿਆਣੇ ਬੰਦੇ ਤੋਂ ਪੁੱਛ ਲਿਆ ਜੀ ਡੇਰੀ ਫਾਰਮਿੰਗ ਦੇ ਵਿੱਚ ਜਿਹੜੇ ਜਾਨਵਰ ਮਤਲਬ ਮਿਸ ਹੋ ਜਾਂਦੇ ਵਿੱਚ ਕੋਈ ਅੱਲਾ ਨਾ ਕਰੇ ਕਿਸੇ ਵੇਲੇ ਤਾਂ ਡੈੱਡ ਹੋ ਜਾਂਦਾ ਹਮ 5% ਜਾਨਵਰ ਸਾਲ ਦੇ ਵਿੱਚ ਡੈੱਡ ਵੀ ਹੋਣਾ ਸਰ ਤੇ ਉਸ ਡੇਰੀ ਫਾਰਮਿੰਗ ਨੂੰ ਕਾਟਾ ਨਹੀਂ ਪੈਂਦਾ ਸਰ ਬੜੇ ਜਿਹੜੇ ਲੋਕ ਨੇ ਸਾਡੀ ਗੱਲ ਨਾਲ ਇਤਫਾਕ ਨਹੀਂ ਕਰਦੇ ਹੋਂਦੇ ਕਿਉਂਕਿ ਆਮੋਮਨ ਲੋਕ ਨੁਕਸਾਨ ਖਾ ਜਾਂਦੇ ਨੇ ਲੋਕ ਕਹਿੰਦੇ ਨੇ ਕਿ ਤੁਸੀਂ ਪ੍ਰੋਫਿਟ ਦੀ ਗੱਲ ਕਰਦੇ ਜੇ ਮਸਾਇਲ ਡਿਸਕਸ ਨਹੀਂ ਕਰਦੇ ਲੋਜ਼ ਕਿਉਂ ਹੁੰਦਾ ਲੋਕਾਂ ਦਾ ਉਹ ਡਿਸਕਸ ਨਹੀਂ ਕਰਦੇ ਲੋਕ ਭੱਜਦੇ ਕਿਉਂ ਨੇ ਉਹ ਡਿਸਕਸ ਨਹੀਂ ਕਰਦੇ ਕੋਈ ਉਹ ਵੀ ਖਾਮੀਆਂ ਵੀ ਦੱਸੋ ਕਿ ਲੋਕ ਜਿਹੜੇ ਨਕਾਮ ਹੁੰਦੇ ਨੇ ਕਿਉਂ ਹੁੰਦੇ ਨੇ ਭੱਜਣ ਦੀ ਵਜੂਹਾਤ ਕੀ ਬਣਦੀ ਆ ਨਕਾਮੀ ਦੀ ਵਜੂਹਾਤ ਕੀ ਬਣਦੀਆਂ ਨੇ ਨਕਾਮੀ ਦੀ ਵਜੂਹਾਤ ਇਹ ਆ ਕਿ ਬਿਮਾਰੀਆਂ ਜਿਹੜੀਆਂ ਆਂਦੀਆਂ ਨਾ ਹਰ ਬਿਮਾਰੀ ਦੀ ਵੈਕਸੀਨ ਹੈਗੀ ਹੈ ਬਿਮਾਰੀ ਦੀ ਵੈਕਸੀਨ ਮਤਲਬ ਉਹਨਾਂ ਜਨਵਰੀ ਫਰਵਰੀ ਆ ਗਿਆ ਨਾ ਇਸ ਤੋਂ ਅੱਗੇ ਮੂੰਹ ਖੁਰ ਦੀ ਵਬਾਹ ਆਂਦੀ ਹੈ ਹੂੰ ਮੂੰਹ ਖੁਰ ਦੀ ਵੈਕਸੀਨ ਆਂਦੀ ਹੈ ਸਿਰਫ 3600 ਰੁਪਏ ਦੀ ਹੂੰ ਰੇਸ਼ੀਆ ਦੀ ਵੈਕਸੀਨ ਜੇ ਸਭ ਤੋਂ ਅੱਛੀ ਵੈਕਸੀਨ ਚੱਲ ਰਹੀ ਹੈ ਆਪਣੇ ਪਾਕਿਸਤਾਨ 'ਚ ਉਹ ਸਿਰਫ 3600 ਰੁਪਏ ਦੀ ਹੈ ਕਿੰਨੇ ਜਾਨਵਰਾਂ ਦੀ 25 ਜਾਨਵਰਾਂ ਦੀ ਹੂੰ ਤੇ ਕੀ ਖਰਚਾ ਆ ਗਿਆ ਇੱਕ ਜਾਨਵਰ ਨੂੰ 25 ਜਾਨਵਰਾਂ ਦੀ 3600 ਦੀ ਹੈ ਸਿਰਫ 200 ਰੁਪਏ ਪਰ ਜਾਨਵਰਾਂ ਦਾ 2700 ਆ ਜਾਏਗਾ ਹੂੰ ਇਹਨਾਂ ਵੈਕਸੀਨ ਬੰਦੇ ਨਹੀਂ ਕਰਦੇ ਕੁਤਾਈ ਕਰਦੇ ਆ ਅਗਰ ਮੂੰਹ ਖਰਾਵੇਗਾ ਬਾਅਦ 'ਚ ਉਹਨੂੰ ਤੇ ਹਮਲਾ ਹੋ ਰੋਵੇਗਾ ਜਾਨਵਰਾਂ ਨੂੰ ਨੁਕਸਾਨ ਹੁੰਦਾ ਹੈ ਮੂੰਹ ਖੁਰੇਸੀ ਬਿਮਾਰ ਬਿਬਾ ਬੁਰੀ ਬਿਮਾਰ ਕਿ ਜਾਨਵਰ ਮਰਦਾ ਨਹੀਂ ਲੇਕਿਨ ਮਰਿਆ ਰੰਗਾ ਹੋ ਜਾਂਦਾ ਇੱਕ ਵਾਰ ਬਿਲਕੁਲ ਉਹਦੇ ਤੋਂ ਬਿੱਤਰਿਆ ਕਿ ਤੁਸੀਂ ਉਹਨੂੰ ਜਿਹੜਾ ਵੈਕਸੀਨ ਕੀਤੀ ਹੋਵੇ ਵੈਕਸੀਨ ਦਾ ਮਤਲਬ ਇਹ ਆ ਕਿ ਤੁਸੀਂ ਕਰ ਲਈ ਆ ਇਸ ਤੋਂ ਬਾਅਦ ਜਾਨਵਰ ਦੇ ਕੁਬਤੇ ਮਦਾਫਤ ਆ ਗਈ ਹੂੰ ਬਿਮਾਰੀ ਆ ਵੀ ਗਈ ਹੈ ਤੋ ਕੋਈ ਮਸਲਾ ਨਹੀਂ ਸਹੀ ਹੈ ਇਹ ਤੁਹਾਨੂੰ ਵੈਕਸੀਨਾਂ ਜਿਹੜੀਆਂ ਜੀ ਪਹਿਲੇ ਕਰਨੀਆਂ ਚਾਹੀਦੀਆਂ ਹੂੰ ਅੱਛਾ ਵੈਕਸੀਨਾਂ ਦਾ ਇੱਕ ਸਾਲ ਵਿੱਚ ਕਿੰਨਾ ਖਰਚਾ ਆ ਜਾਏਗਾ ਆ ਬਿਲਕੁਲ ਇਹਦੇ ਨਾਲ ਕਿ ਕਈ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਜੀ ਦੁੱਧ ਕਾਊਂਟ ਕਰਦੇ ਜੇ ਜਾਨਵਰਾਂ ਦੀ ਸਿਦਿਬਿਲਟੀ ਦਿੰਦੇ ਜੇ ਅਸੀਂ ਤੇ ਚਲੋ ਇਹ ਪਹਿਲੇ ਦੱਸਿਆ ਵੀ ਆ ਨਾਲ ਕਿ ਯਾਰ ਕੋਈ ਟਾਈਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜਾਨਵਰ ਇੱਕ ਕਮ ਦੁੱਧ ਦੇ ਰਿਹਾ ਹੈ ਜਾਂ ਦੁੱਧ ਨਹੀਂ ਦੇ ਰਿਹਾ ਬਾਕੀ 8 ਦੇ ਰਹੇ ਨੇ ਜਾਂ ਤਿੰਨ ਨਹੀਂ ਦੇ ਰਿਹਾ ਬਾਕੀ 7 ਜਾਨਵਰ ਦੁੱਧ ਦੇ ਰਹੇ ਉਹ ਚੀਜ਼ਾਂ ਦੇ ਨਾਲ لیکن افیکٹ ਇਹ ਆ ਕਿ ਨਵੇਂ ਬੰਦੇ ਕੋਲੋਂ ਜਾਨਵਰ ਫੇਰ ਖਾ ਜਾਂਦਾ ਉਹ ਕਹਿੰਦਾ ਕਿ ਯਾਰ ਜਿਹੜਾ ਉਹ ਟਾਈਮ ਆ ਉਹ ਤੁਸੀਂ ਗਿਣਦੇ ਨਹੀਂ ਹਰ ਸਾਲ ਗਾਂ ਆਸ ਨਹੀਂ ਲੱਗਦੀ ਉਹਨੀਆਂ ਕੀ ਵਜੂਹਾਂ ਹਨ ਕਿ ਆ ਉਹ ਜਾਨਵਰ ਦੀ ਕੋਈ ਵੀਕਨੈਸ ਹੁੰਦੀ ਆ ਜਾਂ ਕਿ ਉਹ ਫਾਰਮਰ ਦੀ ਕੋਈ ਕਮਜ਼ੋਰੀ ਹੈ ਇਹ ਫਾਰਮਰ ਦੀ ਹੀ ਕਮਜ਼ੋਰੀ ਹੈ ਜਾਨਵਰ ਕਮਜ਼ੋਰ ਹੋਵੇਗਾ ਜੀ ਕਮ ਕਮਜ਼ੋਰ ਜਾਨਵਰ ਨੂੰ ਸਭ ਬਿਮਾਰੀ ਲੱਗਦੀ ਜਿਹੜਾ ਸਿਹਤਮੰਦ ਤੰਦਰੁਸਤ ਜਾਨਵਰ ਹੈ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਸਿਆਣਿਆਂ ਦਾ ਕੇ ਕਹਿਣ ਸੀ ਕਿ ਮਾੜੇ ਬੰਦੇ ਨੂੰ ਮੱਝ ਖਾ ਜਾਂਦੀ ਹੈ ਤਗੜੇ ਬੰਦਾ ਮੱਝ ਨੂੰ ਖਾ ਜਾਂਦਾ ਓਏ ਹੋਏ 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 ਕੀ ਬਾਤ ਹੈ ਮਾੜੇ ਨੂੰ ਮੱਝ ਖਾ ਜਾਂਦੀ ਹੈ ਤਗੜੇ ਨੂੰ ਤਗੜਾ ਬੰਦਾ ਮੱਝ ਨੂੰ ਖਾ ਜਾਂਦਾ ਉਹਦੀ ਵਜ੍ਹਾ ਕੀ ਸੀ ਤਗੜਾ ਬੰਦਾ ਖਰਚ ਕਰ ਲੈਂਦਾ ਉਹਦੇ ਤੇ ਉਹਨੂੰ ਬਚਾ ਲੈਂਦਾ ਕੀ ਬਾਤ ਮਾੜਾ ਬੰਦਾ ਖਰਚ ਨਹੀਂ ਕਰਦਾ ਤੇ ਮਤਲਬ ਜਿਸ ਤਰ੍ਹਾਂ ਕਿ ਇੱਕ ਬੰਦੇ ਨੇ ਸਵਾਲ ਕੀਤਾ ਕਿ ਇੱਕ ਜ਼ਿੰਮੇਦਾਰ ਬੰਦਾ ਹੈ ਉਹਨੇ ਫਾਰਮ ਬਣਾ ਲਿਆ ਬਹੁਤ ਵੱਡਾ ਸਰ ਹੈ ਉਹਨੂੰ ਕੋਈ ਬਿਮਾਰੀ ਨਹੀਂ ਆਂਦੀ ਜਿਹੜਾ ਇੱਕ ਗਰੀਬ ਬੰਦਾ ਹੈ ਉਹਨੇ ਇੱਕ ਕੱਟੀ ਬੱਚੀ ਲਈ ਹੈ ਉਹਨੇ ਸਾਲ 2 ਸਾਲ ਪੱਠੇ ਪਾ ਕੇ ਤਿਆਰ ਕੀਤੀ ਹੈ ਉਹ ਜਦੋਂ ਸੂਣ ਲੱਗੀ ਉਹਨੇ ਪਿੱਛਾ ਕਰ ਲਿਆ ਮਰ ਗਈ ਉਹ ਬਿਮਾਰੀ ਰਹਿੰਦੀ ਉਹਨੂੰ ਗਲ ਘੁੱਟਵਾਇਆ ਮਰ ਗਈ ਉਹਨੂੰ ਅਟੈਕ ਹੋ ਗਿਆ ਜਿਹਨੂੰ ਆਗੂ ਕਹਿੰਦੇ ਆ ਉਹ ਮਰ ਗਈ ਇਹ ਸਾਰੀਆਂ ਬਿਮਾਰੀਆਂ ਗਰੀਬਾਂ ਵਾਸਤੇ ਕਿਉਂ ਆ ਸਾਰੀਆਂ ਬਿਮਾਰੀਆਂ ਗਰੀਬਾਂ ਵਾਸਤੇ ਕਿਉਂ ਆ ਇੱਕ ਸਵਾਲ ਹੈ ਹਾਂ ਬਿਲਕੁਲ ਤੇ ਇਹ ਸਵਾਲ ਦਾ ਜਵਾਬ ਇਹ ਹੈ ਕਿ ਗਰੀਬ ਬੰਦੇ ਖੁਰਾਕ ਦੇ ਵਿੱਚ ਉਵੇਂ ਲੈਵਲ ਨਹੀਂ ਰੱਖ ਸਕਦੇ ਪੁਤਾਈ ਕਰਦੇ ਪੁਤਾਈ ਕਰਦੇ ਆ ਉਹਨਾਂ ਦੀ ਵੈਕਸੀਨ ਨਹੀਂ ਕਰਾ ਸਕਦੇ ਉਹਨਾਂ ਦੀ ਖੁਰਾਕ ਜਿਹੜਾ ਪਿੱਛਾ ਮਾਰਨਾ ਜਾਨਵਰ ਦਾ ਹੂੰ ਜਾਨਵਰ ਦਾ ਪਿੱਛਾ ਮਾਰਨਾ ਇੱਕ ਮਿੱਧ ਦੀ ਬਿਮਾਰੀ ਜਸਟ ਬਿਲਕੁਲ ਹੋਰ ਕੋਈ ਮਸਲਾ ਨਹੀਂ ਤਾਂ ਅਰ ਅੱਛਾ مزید ਅਗਰ ਡਿਸਕਸ ਕਰੀਏ ਮਸਾਇਲ ਦੇ حوالے ਨਾਲ ਤੇ ਬਹੁਤ ਲੰਬੀ ਹੋ ਜਾਏਗੀ ਅਗਰ ਕੋਈ ਬੰਦਾ ਕੰਟੈਕਟ ਕਰਨਾ ਚਾਹੇ ਤੁਹਾਡੇ ਨਾਲ ਮਿਲਣਾ ਚਾਹੇ ਜਾਂ ਕਿਸੇ ਵੀ ਹਵਾਲੇ ਨਾਲ ਡਿਸਕਸ ਕਰਨਾ ਚਾਹੇ ਤਾਂ ਤੁਹਾਡੇ ਤੱਕ ਕਿਵੇਂ ਪਹੁੰਚ ਸਕਦਾ ਸਾਡਾ YouTube ਚੈਨਲ ਬਣਾਇਆ ਜੀ ਆਪਣੇ ਬਾਉ ਵਿਰਕ ਟੀਵੀ ਦੇ ਨਾਮ ਤੇ ਉਹਨਾਂ ਦਾ ਤੁਸੀਂ ਮਤਲਬ ਲਿੰਕ ਦੇ ਛੱਡਿਆ ਜੇਕਰ ਮੇਰਾ ਵੀਰ ਭਰਾ ਸਾਡਾ ਨਾਲ ਰਾਬਤਾ ਕਰਨਾ ਚਾਹੁੰਦਾ ਉਹਨਾਂ ਨਾਲ ਹਵਾਲਾ ਉਹਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਜੀ ਬਾਬੋ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਬੜੀ ਕੀਮਤੀ ਮਾਲੂਮਾਤ ਦਿੱਤੀ ਔਰ ਹਮਾਰੇ ਸਾਥ ਰਹੀਏ ਅਗਰ ਆਪ ਅੱਛੀ ਅੱਛੀ ਇਨਫੋਰਮੇਸ਼ਨ ਪਰ ਬਿਜ਼ਨਸ ਇਨਫੋਰਮੇਟਿਵ ਵੀਡੀਓ ਦੇਖਣਾ ਚਾਹਤੇ ਹਨ ਨਈ ਵੀਡੀਓ ਮੈਂ ਇਨਸ਼ਾਅੱਲਾ ਦੁਬਾਰਾ ਆਪਸੇ ਮੁਲਾਕਾਤ ਹੋਗੀ ਤਬ ਤੱਕ ਲਈ ਅੱਲਾ ਨੇ ਕਿਬਾ